ਅਸੀਂ ਜਾਂਦੇ ਹਾਂ, ਦੋਸ਼ੀ ਨੂੰ ਫੜਦੇ ਹਾਂ, ਉਹ ਕਬੂਲ ਵੀ ਕਰਦਾ, ਗੁਰੂ ਸਾਹਿਬ ਦੇ ਅੰਗ ਬਰਾਮਦ ਕਰਕੇ ਅਸੀਂ ਉਹਨੂੰ ਪ੍ਰਸ਼ਾਸਨ ਦੇ ਹੈਂਡ ਓਵਰ ਕਰ ਦਿੰਦੇ ਹਾਂ। DSP ਸਾਹਿਬ ਮੇਨ ਰੋਲ ਹੈ ਵੀ ਤੂੰ ਕੰਪਰੋਮਾਈਜ਼ ਕਰ ਲੈ। ਮੈਨੂੰ ਤਾਂ ਇਹ ਨਹੀਂ ਲੱਗਦਾ ਵੀ ਮੈਂ ਕੁਛ ਗਲਤ ਕੀਤਾ ਹੋਵੇ। ਅੱਜ ਉਹਨਾਂ ਨੇ ਮੇਰੇ 'ਤੇ ਪਰਚੇ ਦਰਜ ਕਰਤੇ। ਬੇਅਦਬੀ ਜਿਹੜੀ ਹੋ ਗਈ ਸੀ ਉਹਨੂੰ ਪਿੰਡ ਲੈਵਲ 'ਤੇ ਕਵਰ ਕਰਨ ਦਾ ਕੋਸ਼ਿਸ਼ ਕੀਤਾ, ਮੈਨੂੰ ਥ੍ਰੈਟਿੰਗ ਕਰਨ ਲੱਗ ਗਏ, ਕਾਲਾਂ ਕਰਨ ਲੱਗ ਗਏ। 4 ਦਸੰਬਰ ਨੂੰ ਇੱਕ ਬੇਅਦਬੀ ਦੀ ਘਟਨਾ ਹੁੰਦੀ ਹੈ। ਉਸ ਬੇਅਦਬੀ ਦੀ ਘਟਨਾ ਨੂੰ ਰੋਕਣ ਲਈ ਹਨੀ ਸੇਠੀ ਜੋ ਐਕਟੀਵਿਸਟ ਨੇ ਉਹਨਾਂ ਵੱਲੋਂ ਉਸਦਾ ਵਿਰੋਧ ਕੀਤਾ ਜਾਂਦਾ ਹੈ, ਉਸ ਥਾਂ 'ਤੇ ਜਾਇਆ ਜਾਂਦਾ ਹੈ। ਪਰ ਅੱਜ ਕੌਨਸੀਕੁਐਂਸ ਜਿਹੜਾ ਹੈ ਉਹ 1 ਮਹੀਨੇ ਬਾਅਦ ਬਿਲਕੁਲ ਅਲੱਗ ਹੈ। ਇਹਨਾਂ 20-25 ਦਿਨਾਂ ਦੇ ਅੰਦਰ ਹੀ ਤਕਰੀਬਨ ਕ੍ਰੋਸ ਪਰਚਾ ਜਿਹੜਾ ਹੈ ਉਹ ਹਨੀ ਸੇਠੀ 'ਤੇ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵੇਲੇ ਸਾਡੇ ਨਾਲ ਨੇ, ਕੀ ਹੋਇਆ ਸੀਗਾ, ਤੁਸੀਂ ਤਾਂ ਬੇਅਦਬੀ ਰੋਕਣ ਗਏ ਸੀਗੇ, ਵਿਰੋਧ ਕੀਤਾ ਸੀ, ਪਰ ਤੁਹਾਡੇ 'ਤੇ ਪਰਚਾ ਕਿਉਂ, ਕੋਈ ਕਾਰਨ ਦੱਸਿਆ ਉਹਨਾਂ ਨੇ? ਬਾਈ ਜੀ, 4 ਤਰੀਕ ਨੂੰ ਸਾਡੇ ਏਰੀਏ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ। ਅਸੀਂ ਉੱਥੇ ਮੌਕੇ 'ਤੇ ਪਹੁੰਚਦੇ ਹਾਂ ਅਤੇ ਸਾਡੇ 'ਤੇ ਕੰਪਲੇਂਟ ਆਉਂਦੀ ਹੈ, ਅਸੀਂ ਦੇਖਦੇ ਹਾਂ, ਬਾਕੀ ਕਿਸੇ ਨੇ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ। ਅਸੀਂ ਜਾਂਦੇ ਹਾਂ, ਦੋਸ਼ੀ ਨੂੰ ਫੜਦੇ ਹਾਂ, ਉਹ ਕਬੂਲ ਵੀ ਕਰਦਾ, ਗੁਰੂ ਸਾਹਿਬ ਦੇ ਅੰਗ ਬਰਾਮਦ ਕਰਕੇ ਅਸੀਂ ਉਹਨੂੰ ਪ੍ਰਸ਼ਾਸਨ ਦੇ ਹੈਂਡ ਓਵਰ ਕਰ ਦਿੰਦੇ ਹਾਂ। ਅਤੇ ਹਾਂਜੀ, ਉਸ ਤੋਂ ਬਾਅਦ ਥ੍ਰੈਟਿੰਗ, ਲਗਾਤਾਰ ਸਮਝੌਤਾ ਬਣਾਉਣ ਦੇ ਦਬਾਅ, ਚੀਜ਼ਾਂ ਚੱਲਦੀਆਂ ਰਹੀਆਂ ਨੇ ਅਤੇ ਸਾਨੂੰ ਪੁਲਿਸ ਵੱਲੋਂ ਇਹ ਕਿਹਾ ਗਿਆ, DSP ਸਾਹਿਬ ਮੇਨ ਰੋਲ ਹੈ ਵੀ ਤੂੰ ਕੰਪਰੋਮਾਈਜ਼ ਕਰ ਲੈ, ਹੈ ਨਾ। ਸੋ ਅਸੀਂ ਉਹ ਚੀਜ਼ ਲਈ ਐਗਰੀ ਨਹੀਂ ਕਰੇ, ਸੌਰੀ ਫੀਲ ਕਰ ਲੈ। ਮੈਨੂੰ ਤਾਂ ਇਹ ਨਹੀਂ ਲੱਗਦਾ ਵੀ ਮੈਂ ਕੁਛ ਗਲਤ ਕੀਤਾ ਹੋਵੇ, ਕਿਉਂਕਿ ਸਾਡੇ ਗੁਰੂ ਦੀ ਬੇਅਦਬੀ ਹੋਈ ਹੈ, ਅਸੀਂ ਉਹਨੂੰ ਜਾ ਕੇ ਫੜਿਆ, ਉੱਤੇ ਪਰਚਾ ਕਰਾਇਆ, ਪੁਲਿਸ ਦੇ ਹੈਂਡ ਓਵਰ ਕਰਤਾ, ਅਤੇ ਇਹ ਚੀਜ਼ ਹੋਈ ਹੈ। ਅੱਜ ਉਹਨਾਂ ਨੇ ਮੇਰੇ 'ਤੇ ਪਰਚੇ ਦਰਜ ਕਰਤੇ। ਅਤੇ ਹੁਣ ਪਰਚਾ ਕਰਕੇ ਕਿਹੜੀ ਕਿਹੜੀ ਧਾਰਾਵਾਂ ਦੇ ਤਹਿਤ ਕੀਤਾ ਔਰ ਕਹਿੰਦੇ ਕੀ ਨੇ? ਇਹ ਐਡਵੋਕੇਟ ਸਾਡੇ ਘੁੰਮਣ ਸਾਹਿਬ ਦੱਸ ਸਕਦੇ ਨੇ, ਤੁਹਾਨੂੰ ਕਲੀਅਰ ਕਰ ਸਕਦੇ ਨੇ ਜ਼ਿਆਦਾਤਰ ਕਿਹੜੀ ਕਿਹੜੀ ਧਾਰਾ ਲਾਈ ਆ ਉਹਨਾਂ ਨੇ, ਇਹੀ ਸਾਰਾ ਹੈਂਡਲ ਕਰ। ਮੈਂ ਇੱਕ ਚੀਜ਼ ਤੁਹਾਡੇ ਪੁੱਛਣਾ, ਜਦੋਂ ਤੁਸੀਂ ਇਹ ਵਿਰੋਧ ਕੀਤਾ ਪੰਥਕ ਸੰਸਥਾਵਾਂ ਨਾਲ ਨਹੀਂ ਆਈਆਂ? ਪੰਥਕ ਸੰਸਥਾਵਾਂ ਮੇਰੇ ਤੋਂ ਪਹਿਲਾਂ 3-4 ਜਣਿਆਂ ਨੂੰ ਪੁੱਛ ਚੁੱਕੇ ਸੀਗੇ, ਕਿਸੇ ਨੇ ਬੇਅਦਬੀ ਜਿਹੜੀ ਹੋ ਗਈ ਸੀ ਉਹਨੂੰ ਪਿੰਡ ਲੈਵਲ 'ਤੇ ਕਵਰ ਕਰਨ ਦਾ ਕੋਸ਼ਿਸ਼ ਕੀਤਾ। ਸ਼ਾਇਦ ਮੈਂ ਸੋਚਦਾ ਮੇਰੀ ਇਹੀ ਗਲਤੀ ਹੈ ਵੀ ਮੈਂ ਸਾਰਿਆਂ ਸਾਹਮਣੇ ਉਹ ਚੀਜ਼ ਲਿਆ। ਉਸ ਦਿਨ ਬੇਅਦਬੀ ਦੇ ਬਾਰੇ ਜਦ ਤੁਸੀਂ ਉੱਥੇ ਗਏ ਸੀ, ਪਿੰਡ ਵਾਲਿਆਂ ਦਾ ਕੀ ਕਹਿਣਾ ਸੀਗਾ? ਕਿਸੇ ਨੇ ਬਾਅਦ 'ਚੋਂ ਵੀ ਅਪਰੋਚ ਕੀਤਾ, ਕੋਈ ਗੱਲਬਾਤ ਕੀਤੀ? ਬਿਲਕੁਲ, ਪਿੰਡ ਵਾਲੇ ਨਾਲ ਸੀ ਸਾਰੇ, ਵੀਡੀਓ ਲਾਈਵ ਚੱਲੀ ਆ ਆਪਣੇ ਪੇਜ 'ਤੇ। ਤੁਹਾਨੂੰ ਬਾਅਦ ਵਿੱਚ ਕਿਹਾ ਕਿਸੇ ਨੇ ਕਿ ਕਿਉਂ ਐਵੇਂ ਕੀਤਾ? ਨਹੀਂ, ਬਿਲਕੁਲ ਵੀ, ਸਾਰੇ ਐਪਰੀਸ਼ੀਏਸ਼ਨ ਸੀ, ਕਿਸੇ ਨੇ ਵਿਰੋਧ ਨਹੀਂ ਕੀਤਾ? ਕਿਸੇ ਨੇ ਨਹੀਂ ਕੀਤਾ ਜੀ, ਸਾਰਿਆਂ ਨੇ ਸਾਹਮਣੇ ਅਸੀਂ ਪੰਨੇ ਲੈ ਕੇ ਆਏ, ਦੋਸ਼ੀ ਲੈ ਕੇ ਆਏ, ਉਹਨੂੰ ਥਾਣੇ ਦਰਾਹੇ ਫੜਾਇਆ ਸੀ। ਪੁਲਿਸ ਦਾ ਕਾਰਨ ਕੀ ਲੱਗਦਾ ਫਿਰ? ਇਹ ਤਾਂ ਹੁਣ DSP ਸਾਹਿਬ ਦੱਸ ਸਕਦੇ, ਉਹਨਾਂ 'ਤੇ ਕਾਹਦਾ ਪ੍ਰੈਸ਼ਰ ਹੈ, ਕਾਹਦੇ ਲਈ ਮੇਰੇ ਤੋਂ ਕੰਪਰੋਮਾਈਜ਼ ਕਰਾਉਣਾ ਵਾ, ਮੈਨੂੰ ਥ੍ਰੈਟਿੰਗ ਕਰਨ ਲੱਗ ਗਏ, ਕਾਲਾਂ ਕਰਨ ਲੱਗ ਗਏ ਸਭ। DSP ਉਹਨਾਂ ਦਾ ਗਰਗ ਸਾਹਿਬ ਹੈ ਨਾ, ਅਤੇ ਇਹਨਾਂ ਦੇ ਜਿਹੜੇ ਵਕੀਲ ਨੇ ਘੁੰਮਣ, ਐਡਵੋਕੇਟ ਘੁੰਮਣ ਬ੍ਰਦਰਸ ਉਹਨੀ, ਘੁੰਮਣ ਜੀ, ਕੀ ਕਾਰਨ ਕੀ ਹੈ ਔਰ ਇਹ ਪੂਰਾ ਮੈਟਰ ਕੀ ਹੈ ਔਰ ਟੈਕਨੀਕਲੀ ਵਕੀਲੀ ਪੁਆਇੰਟ ਕੀ ਹੈ ਜੀ? ਦੇਖੋ, ਦੱਸਣਾ ਇਹ ਬਣਦਾ ਹੈ ਕਿ 4-12 ਨੂੰ ਸੇਠੀ ਸਾਹਿਬ ਨੂੰ ਇੱਕ ਕਾਲ ਆਉਂਦੀ ਹੈ ਪਿੰਡ ਤੋਂ ਕਿ ਜੀ ਪਿੰਡ 'ਚ ਬੇਅਦਬੀ ਹੋਈ ਹੈ, ਲੰਡੇ ਪਿੰਡ। ਹੁਣ ਉੱਥੇ ਇੱਕ ਗੁਰਦੀਪ ਸਿੰਘ ਦਾ ਬੰਦਾ ਗੁਟਕਾ ਸਾਹਿਬ ਨੂੰ ਪਾੜ ਕੇ ਅਤੇ ਪੈਰਾਂ ਨਾਲ ਬੇਅਦਬੀ ਕਰ ਰਿਹਾ। ਹੁਣ ਮੌਕੇ 'ਤੇ ਸੇਠ ਸਾਹਿਬ ਪਹੁੰਚਦੇ ਨੇ, ਜਾ ਕੇ ਬਾਅਦ ਉਹਨੂੰ ਰੁਮਾਲਾ ਸਾਹਿਬ 'ਚ ਰੱਖਿਆ, ਪੁਲਿਸ ਨੂੰ ਇੰਟੀਮੇਟ ਕਰਤਾ। ਪੁਲਿਸ ਆਉਂਦੀ ਹੈ, ਪਹਿਲੀ ਗੱਲ ਤਾਂ 10:30 ਦੀ ਘਟਨਾ, 1:30 ਤਾਂ ਪੁਲਿਸ ਨੇ ਆਉਂਦੇ ਆਉਂਦੇ ਨੇ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਹੁਣ 1:30 ਆਉਂਦੇ ਨੇ ਜੀ, ਇਹਨਾਂ ਦੀ ਸ਼ਿਕਾਇਤ 'ਤੇ ਇੱਕ ਪਰਚਾ 177 ਨੰਬਰ ਦਰਜ ਹੁੰਦਾ ਥਾਣਾ ਦੁਰਾਹਾ ਗੁਰਦੀਪ ਸਿੰਘ ਦੇ ਖਿਲਾਫ, ਜਿਹਦੇ 'ਚ ਸ਼ਿਕਾਇਤ ਕਰਤਾ ਸੇਠੀ ਹੈ ਜੀ। ਹੁਣ ਪਰਚਾ ਦਰਜ ਕਰਤਾ, ਇਹ ਘਰੇ ਚਲੇ ਜਾਂਦੇ ਨੇ, ਇਹ ਕਹਿੰਦੇ ਕਿ ਅਗਲੇ ਦਿਨ ਮੈਨੂੰ ਅਲੱਗ ਅਲੱਗ ਨੰਬਰਾਂ ਤੋਂ ਕਾਲਸ ਆਉਂਦੀਆਂ ਨੇ, ਥ੍ਰੈਟ ਕਰਦੇ ਨੇ। ਹੁਣ ਦੇਖੋ ਅਮਨ ਜੀ, ਮੈਂ ਇੱਥੇ ਇੱਕ ਚੀਜ਼ ਬੜੀ ਕਲੀਅਰ ਕਰਾਂਗਾ, ਸਟੇਟ ਦੀ ਜ਼ਿੰਮੇਵਾਰੀ ਕੀ ਹੈ ਕਿ ਜਿਹੜੇ ਕੰਪਲੇਨੈਂਟ ਨੇ ਉਹਨਾਂ ਦੀ ਰਾਖੀ ਕਰੋ, ਉਹਨਾਂ ਦੀ ਗੱਲ ਸੁਣੋ। ਉਸ ਤੋਂ ਬਾਅਦ ਕੀ ਹੁੰਦਾ, ਕੁਛ ਇਹੋ ਜਿਹਾ ਨਹੀਂ ਕੀਤਾ, 6-7 ਵਿਅਕਤੀ ਇਹਨਾਂ ਦੀ ਦੁਕਾਨ 'ਤੇ ਆ ਜਾਂਦੇ ਨੇ,
ਉੱਥੇ ਆ ਕੇ ਡਰਾਉਂਦੇ ਧਮਕਾਉਂਦੇ ਨੇ ਓਪਨਲੀ, ਔਰ ਕਹਿ ਕੀ ਰਹੇ ਨੇ, ਕਹਿੰਦੇ ਤੈਨੂੰ ਕਿਹੜਾ ਸਰਟੀਫਿਕੇਟ ਦਿੱਤਾ ਸੀ ਜਿਹੜਾ ਤੂੰ ਉੱਥੇ ਜਾ ਕੇ ਉੱਥੇ ਮਹਾਰਾਜ ਦੇ ਪੱਤਰੇ ਖਿਲਾਰ ਜਿਹੜੇ ਚੱਕੇ ਤੂੰ, ਔਰ ਕਹਿ ਕੀ ਰਹੇ ਨੇ, ਕਦੀ ਤੂੰ ਹੱਥ ਨਹੀਂ ਧੋਤੇ ਬਹਾਨੇ, ਕਦੀ ਤੂੰ ਜੁੱਤੀ ਪਾ ਕੇ ਚਲੇ ਗਿਆ, ਫਾਲਸ ਫੈਕਟਸ ਦੇ ਕੇ। ਅਲਟੀਮੇਟਲੀ ਕੀ ਹੁੰਦਾ, ਡਰਾਉਂਦੇ ਧਮਕਾਉਂਦੇ ਇਹ ਸਾਨੂੰ ਫੋਨ ਕਰਦੇ ਨੇ, ਅਸੀਂ ਇੱਕ ਰੀਪ੍ਰੈਜੈਂਟੇਸ਼ਨ SSP ਖੰਨਾ ਨੂੰ ਦੇਤੀ ਵੀ ਇਹਦੀ ਜਾਣ ਅਤੇ ਮਾਲ ਦੀ ਰਾਖੀ ਕਰੋ। 18 ਤਰੀਕ ਨੂੰ ਕੋਈ ਐਕਸ਼ਨ ਨਹੀਂ ਹੁੰਦਾ, 10 ਤੋਂ 18 ਤਰੀਕ ਨੂੰ ਅਸੀਂ ਮਾਣਯੋਗ ਹਾਈਕੋਰਟ ਤੱਕ ਪਟੀਸ਼ਨ ਪਾਈ, ਹਨੀ ਸਿਟੀ ਦੇ ਹੱਕ ਦੇ ਵਿੱਚ ਅਸੀਂ ਆਰਡਰ ਕਰਵਾ ਦਿੰਦੇ ਹਾਂ ਕਿ ਇਹਦੀ ਜਾਣ ਅਤੇ ਮਾਲ ਦੀ ਰਾਖੀ ਹਾਈਕੋਰਟ ਵੱਲੋਂ SSP ਖੰਨਾ ਨੂੰ ਕਰਦੀ। ਹੁਣ ਵੀ ਆਰ ਐਕਸਪੈਕਟਿੰਗ ਕਿ 19 ਤਰੀਕ ਨੂੰ ਪੁਲਿਸ ਦਾ ਫੋਨ ਆਊਗਾ, ਬਿਆਨ ਲਊਗੀ, 20-21 ਅਤੇ 22 ਨੂੰ DSP ਪਾਇਲ ਡਾਇਰੈਕਟ ਕਾਲ ਕਰਕੇ ਕਹਿ ਰਿਹਾ ਕਿ ਮਾਮਲੇ ਨੂੰ ਕੰਪਰੋਮਾਈਜ਼ ਕਰ, ਆਹ ਕਰ, ਡਿਕਟੇਟ ਕਰ ਰਿਹਾ ਧੱਕੇ ਨਾਲ, ਨਹੀਂ ਤਾਂ ਅਸੀਂ ਤੇਰੇ 'ਤੇ ਪਰਚਾ ਦੇਵਾਂਗੇ। ਇਹਨਾਂ ਨੇ ਮੇਰੇ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਮਾਫ਼ੀ ਕਾਹਦੀ, ਤੂੰ ਬੇਅਦਬੀ ਹੋਈ ਜਾ ਕੇ, ਤੂੰ ਆਪਣੀ ਤੂੰ ਐਜ਼ ਇੱਕ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਤੂੰ ਜਾ ਕੇ ਪੱਤਰੇ ਇਕੱਠੇ ਕੀਤੇ। ਭਾਅ ਜੀ 23 ਤਰੀਕ ਨੂੰ ਸੇਠੀ ਹਾਰ ਗਿਆ ਅਤੇ ਪੁਲਿਸ ਜਿੱਤ ਗਈ, ਉਸੇ ਪਰਚੇ 'ਚ ਇੱਕ DDR ਸੇਠੀ 'ਤੇ ਕਰਤੀ, 455-323-506-48 ਦੇ ਨੰਬਰ। ਹੁਣ ਉਹ ਜੀ ਕੋਈ ਨਿਹੰਗ ਹੈ ਸਰਬਦੀਪ ਸਿੰਘ ਜੀ। ਹੁਣ ਇੱਕ ਚੀਜ਼ ਇੱਥੇ ਹੋਰ ਦੱਸਣ ਵਾਲੀ ਹੈ, 455 ਕ੍ਰਿਮੀਨਲ ਟ੍ਰੈਸਪਾਸ ਇਹ ਉਹ ਬੰਦਾ ਕਰ ਸਕਦਾ ਸੀ ਜਾਂ ਤਾਂ ਜਿਹੜਾ ਬੰਦਾ ਦੋਸ਼ੀ ਸੀ ਉਹਨੇ ਨਹੀਂ ਦਿੱਤੀ, ਇਹ ਚੌਥਾ ਬੰਦਾ ਕੋਈ ਵੀ ਜੋ ਉਹਦੇ ਘਰ 'ਚ ਗਿਆ, ਇਹ ਕੋਈ ਪਬਲਿਕ ਇੰਟਰਸਟ ਲਿਟੀਗੇਸ਼ਨ ਥੋੜ੍ਹੀ ਹੈ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਗਾਏ ਬਗਾਏ ਪੁਲਿਸ ਨੇ ਇਹਨੂੰ ਦੋਸ਼ੀ ਬਣਾਤਾ। ਹੁਣ ਦੇਖੋ ਦੋਸ਼ੀ ਬਣਾਉਣ ਦੇ ਨੁਕਸਾਨ ਕੀ ਨੇ, ਕੱਲ੍ਹ ਨੂੰ PCC ਬੰਦੇ ਨੇ ਬਾਹਰ ਜਾਣਾ, ਔਰ ਇੱਕ ਦਾਅ ਕੀ ਹੈ ਕਿ 295 ਦਾ ਪਰਚਾ ਜਿਹੜਾ ਹੈ ਉਹਦੇ 'ਚ ਇਹਨੂੰ ਵੀ ਜਿਹੜਾ ਸ਼ਿਕਾਇਤ ਕਰਦਾ ਕਦੀ ਸੁਣਿਆ ਵੀ ਉਹਨੂੰ ਹੀ ਦੋਸ਼ੀ ਬਣਾ ਲਿਆ ਪੁਲਿਸ ਨੇ, ਕ੍ਰੋਸ 177 ਜੀ ਬਣਾਇਆ ਸੇਮ ਪਰਚੇ 'ਚ, ਸੇਮ ਪਰਚੇ 'ਚ ਇਹਨਾਂ ਨੂੰ ਵੀ ਦੋਸ਼ੀ ਬਣਾ। ਮੈਂ ਭਾਅ ਜੀ ਇਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੇਖੋ 455-323 ਧਰਾਵਾਂ ਦੇ ਕੇ ਹੁਣ ਦੋਸ਼ੀ ਬਣਾ ਲਿਆ, ਹੁਣ ਵਾਰ ਵਾਰ ਕਾਲ ਕਰ ਰਹੇ ਨੇ ਵੀ ਤੂੰ ਆ ਜੀ ਆ ਕੇ ਇਨਵੈਸਟੀਗੇਸ਼ਨ ਜੁਆਇਨ ਕਰ। ਸੋ ਕਿਤੇ ਨਾ ਕਿਤੇ ਜਿਹੜਾ ਰੋਲ ਸੀ DSP ਦਾ, ਹੁਣ DSP ਕਾਲ ਕਰ ਰਿਹਾ ਉਹ ਤਾਂ ਧਿਰ ਬਣ ਗਿਆ, DSP ਦਾ ਕੰਮ ਇਨਸਾਫ ਕਰਾਉਣਾ, DSP ਦਾ ਕੰਮ ਜੇ ਅਸੀਂ ਗਲਤ ਸੀ ਪਰਚਾ ਦਿੰਦਾ। ਸੋ ਅਮਨ ਜੀ ਇਸ ਕੇਸ 'ਚ ਇੱਕ ਜਿਹੜੀ ਐਗਜ਼ਾਮਪਲ ਦਿੱਤੀ ਹੈ ਪੁਲਿਸ ਨੇ ਉਹ ਬਿਲਕੁਲ ਗਲਤ ਦਿੱਤੀ ਹੈ, ਔਰ ਅਸੀਂ ਇਹਦੀ ਨਿੰਦਿਆ ਕਰਦੇ ਹਾਂ, ਔਰ ਆਉਣ ਵਾਲੇ ਸਮੇਂ 'ਚ ਅਸੀਂ ਮਾਣਯੋਗ ਹਾਈਕੋਰਟ 'ਚ ਦਰਵਾਜ਼ਾ ਖੜਕਾਵਾਂਗੇ। ਔਰ ਮੈਂ DGP ਪੰਜਾਬ ਨੇ ਇੱਕ ਰੀਪ੍ਰੈਜੈਂਟੇਸ਼ਨ ਦਿੱਤੀ ਹੈ ਕਿ ਇਹਦੀ ਜਿਹੜੀ ਮਿਸਲ ਹੈ ਉਹ ਕੰਪਲੀਟ ਕੱਢ ਕੇ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਜਾਂ ਕਿਸੇ ਇੰਡੀਪੈਂਡੈਂਟ ਅਦਾਰੇ ਨੂੰ ਦਿਓ, ਇਸ ਜ਼ਿਲ੍ਹੇ ਤੋਂ ਅਸੀਂ ਜਾਂਚ ਨਹੀਂ ਕਰਾਉਣੀ, ਔਰ DSP 'ਤੇ ਜੋ ਬਣਦੀ ਕਾਰਵਾਈ ਹੈ ਉਹ ਕਰਵਾਉਣੀ। ਕੋਰਟ 'ਚ ਕਦੋਂ ਜਾ ਰਹੇ ਹੋ ਔਰ ਕਦੋਂ ਇਹ ਕੰਪਲੇਂਟ? ਇਹਦੇ ਵਿੱਚ ਜੀ ਅਸੀਂ ਰੀਪ੍ਰੈਜੈਂਟੇਸ਼ਨ ਆਲਰੇਡੀ ਮੂਵ ਕਰ ਚੁੱਕੇ ਹਾਂ ਅਤੇ 4 ਤਰੀਕ ਨੂੰ ਮਾਣਯੋਗ ਕੋਰਟ ਹਾਈਕੋਰਟ ਓਪਨ ਹੋ ਰਹੀ ਹੈ ਅਤੇ ਉਹਦੇ ਵਿੱਚ ਅਸੀਂ ਜਾ ਕੇ ਟ੍ਰਾਂਸਫਰ ਆਫ ਇਨਵੈਸਟੀਗੇਸ਼ਨ ਫਰਦਰ ਅਤੇ ਇਹਦੇ ਵਿੱਚ ਜੋ ਵੀ ਇਹਨਾਂ ਦੀ ਸਟੇਟਸ ਰਿਪੋਰਟ ਦੀ ਸੀਕ ਕਰਾਂਗੇ ਅਤੇ ਜੋ ਵੀ ਫਿਰ ਫਰਦਰ ਅਸੀਂ ਲੀਗਲ ਐਕਸ਼ਨ ਹੋਏਗਾ ਐਸ ਪਰ ਦੀ ਕੰਪਲਾਈਂਸ ਆਫ ਦੀ ਆਰਡਰ ਕਰਾਂਗੇ। ਅਤੇ ਇਹਦੇ ਵਿੱਚ ਦੱਸਣ ਵਾਲੀ ਗੱਲ ਇਹ ਹੈ ਕਿ 18 ਤਰੀਕ ਨੂੰ ਇੱਕ ਮਾਣਯੋਗ ਹਾਈਕੋਰਟ ਨੇ ਸੇਠੀ ਸਾਹਿਬ ਦੀ ਪ੍ਰੋਟੈਕਸ਼ਨ ਸੰਬੰਧੀ ਇੱਕ ਆਰਡਰ ਕੀਤਾ ਸੀ ਜਿਹਦੀ ਕਿ 23 ਤਰੀਕ ਤੱਕ ਕੋਈ ਕੰਪਲਾਈਂਸ ਨਹੀਂ ਕੀਤੀ ਗਈ ਆ। ਈਵਨ ਕਿ ਅੱਜ ਵੀ ਜਿਹੜੇ ਦੋਸ਼ੀ ਨੇ ਜਿਨ੍ਹਾਂ ਦੇ ਅਗੇਂਸਟ ਉਹ ਆਰਡਰ ਪਾਸ ਕੀਤਾ ਸੀ, ਜਿਨ੍ਹਾਂ ਤੋਂ ਸਾਨੂੰ ਖਤਰਾ ਹੈ, ਜਿਹੜੇ ਸਾਨੂੰ ਕੰਪਰੋਮਾਈਜ਼ ਜਾਂ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ, ਉਹਨਾਂ ਪ੍ਰਤੀ ਹਜੇ ਵੀ ਪੁਲਿਸ ਦਾ ਐਕਸ਼ਨ ਬਿਲਕੁਲ ਹੀ ਸਾਇਲੈਂਟ ਹੈ, ਉਹਨਾਂ ਦੇ ਖਿਲਾਫ਼ ਕੁਛ ਵੀ ਨਹੀਂ ਹੈਗਾ। ਅਤੇ ਇਹ ਫਸਟ ਕੇਸ ਆ ਜਿਹਦੇ ਵਿੱਚ 295 ਦੇ ਵਿੱਚ ਪੰਜਾਬ ਦੇ ਵਿੱਚ ਇੱਕ ਕ੍ਰੋਸ ਕੇਸ ਖੜਾ ਕੀਤਾ ਗਿਆ। ਪੰਜਾਬ ਪੁਲਿਸ ਦਾ ਇਟਸੈਲਫ ਲੋਗੋ ਹੈ, ਸ਼ੁਭ ਕਰਮਨ ਸੇ ਕਬਹੂ ਨਾ ਟਰੂੰ, ਇਹ ਗੁਰੂ ਸਾਹਿਬ ਦੀਆਂ ਪੰਕਤੀਆਂ 'ਚੋਂ ਲਈ ਗਈ ਹੈ। ਅਤੇ ਗੁਰੂ ਸਾਹਿਬ ਨੂੰ ਦੇ ਜਿਹੜੇ ਬੇਅਦਬੀ ਹੋਈ ਆ ਉਹਦਾ ਇਨਸਾਫ ਤਾਂ ਕੀ ਦਿਵਾਉਣਾ ਆ,
ਕੇਸ ਨੂੰ ਵੀਕ ਕਰਨ ਦੇ ਲਈ ਇਹ ਇੱਕ ਨਵੀਂ ਚਾਲ ਖੇਲੀ ਗਈ ਹੈ ਪ੍ਰਸ਼ਾਸਨ ਵੱਲੋਂ, ਤੇ ਅਸੀਂ ਇਹਦੀ ਬਿਲਕੁਲ ਅਗੇਂਸਟ ਹਾਂ ਤੇ ਇਹਨੂੰ ਕੰਕਲੂਜਨ ਤੱਕ ਲੈ ਕੇ ਜਾਵਾਂਗੇ। ਮੈਂ ਐਡਵੋਕੇਟ ਸ਼ਿਵਰਾਜ ਸਿੰਘ, ਹਾਂਜੀ ਮੈਂ ਵਕੀਲ ਹਾਂ। ਇੱਕ ਆਖਰੀ ਸਵਾਲ ਤੁਹਾਡੇ, ਜਦੋਂ ਇਸ ਤਰੀਕੇ ਦੀ ਘਟਨਾ ਹੋਈ ਔਰ ਤੁਹਾਡੇ ਹੁਣ ਕ੍ਰੋਸ ਪਰਚਾ ਪੁਲਿਸ ਨੇ ਜਾਂ ਕਾਰਵਾਈ ਕਰ ਰਹੇ ਹੋ, ਅਗਲੀ ਕੋਈ ਇਸ ਤਰੀਕੇ ਦਾ ਇੰਸੀਡੈਂਟ ਹੋਊਗਾ ਤਾਂ ਤੁਹਾਡੇ ਮਨ 'ਚ ਕੀ ਰਹੇਗਾ ਕਿ ਜਾਣਾ ਹੈ ਉੱਥੇ, ਰੋਕਣਾ ਹੈ ਜਾਂ ਉਸਦੀ ਸ਼ਿਕਾਇਤ ਕਰਨੀ ਹੈ? ਇਹ ਸਾਰੇ ਯੂਥ ਨੂੰ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰ ਰਿਹਾ ਇੱਕ ਅਫਸਰ ਦੇ ਕਰਕੇ, ਵੀ ਕੱਲ੍ਹ ਨੂੰ ਤੁਸੀਂ ਵੀ ਨਾ ਤਾਂ ਕਿਸੇ ਨੂੰ ਐਕਸੀਡੈਂਟ ਹੋਵੇ ਬਚਾਇਓ ਅਤੇ ਨਾ ਕਿਤੇ ਬੇਦਬੀ ਹੋਈ ਜਾਇਓ, ਨਹੀਂ ਤਾਂ ਮੇਰੇ ਵਾਲਾ ਹਾਲ ਹੋਊਗਾ। ਕ੍ਰੋਸ ਪਰਚਾ ਕਰਕੇ 5 ਧਾਰਾ ਲਾ ਦੇਣਗੇ। ਅੱਜ ਹਰਾਸਮੈਂਟ ਮੇਰੇ 'ਤੇ ਪੂਰੀ ਹੈ, ਮੇਰੇ ਵਕੀਲ ਸਾਹਿਬ ਨੇ ਕਦੋਂ ਦੀ ਮੇਰੀ ਸਿਕਿਉਰਿਟੀ ਵੀ ਪਾਈ ਆ ਉਹਦਾ ਕਿਸੇ ਨੇ ਨਹੀਂ ਦੇਖਿਆ। ਜਿਨ੍ਹਾਂ ਦੇ ਵਿਰੁੱਧ ਅਸੀਂ ਕੰਪਲੇਂਟ ਕੀਤੀ ਹਾਈ ਕੋਰਟ 'ਚ, ਉਹਨਾਂ ਦੇ ਕਹੇ 'ਤੇ ਮੇਰੇ 'ਤੇ ਪਰਚਾ ਦਰਜ ਕਰ ਰਹੇ। ਤੁਸੀਂ ਉੱਥੇ ਕੋਈ ਵਾਇਲੈਂਸ ਨਹੀਂ? ਤੁਸੀਂ ਬਿਲਕੁਲ ਵੀ ਨਹੀਂ, ਤੁਹਾਡੇ ਸਾਹਮਣੇ ਸਾਰੀ ਲਾਈਵ ਵੀਡੀਓ ਹੈ, ਉਹਦੇ 'ਤੇ ਇੱਕ ਕੱਟ ਵੀ ਨਹੀਂ ਲੱਗਿਆ, ਉਹਨੂੰ ਆ ਕੇ ਪ੍ਰਸ਼ਾਸਨ ਦੇ ਬਿਲਕੁਲ ਸਹੀ ਸਬੁਰਦ ਕੀਤਾ ਗਿਆ। ਇੱਕ ਜਾਂਦੇ ਜਾਂਦੇ ਅਮਨ ਜੀ ਗੱਲ ਕਰੂੰਗਾ, ਪੁਲਿਸ ਹਮੇਸ਼ਾ ਕ੍ਰੋਸ ਉਦੋਂ ਕਰਦੀ ਹੈ ਜਦੋਂ ਪੁਲਿਸ ਨੂੰ ਇਹ ਲੱਗਦਾ ਹੈ ਕਿ ਕੰਪਰੋਮਾਈਜ਼ ਹੋ ਜਾਏਗਾ ਅਤੇ ਇਹ ਪਰਚਾ ਵਿਡਰਾਓ ਕਰ ਜੇ। ਨਾ ਤਾਂ ਅਸੀਂ ਪਰਚਾ ਵਿਡਰਾਓ ਕਰਨਾ, ਇਹ ਗੱਲ ਕਲੀਅਰ ਹੈ, ਤੁਸੀਂ ਕੇਸ ਕਰ ਲਿਆ ਸਿੱਠੀ 'ਤੇ, ਕੋਈ ਨਹੀਂ ਅਸੀਂ ਲੜਾਂਗੇ, ਉਹਦੀ ਕੈਂਸਲੇਸ਼ਨ ਕਰਾਵਾਂਗੇ। ਸੋ ਮੇਰੇ ਵੱਲੋਂ ਕਲੀਅਰ ਹੈ ਵੀ ਇਹ ਲੜਾਈ ਸੁਪਰੀਮ ਕੋਰਟ ਤੱਕ ਅਸੀਂ ਨਿਰੋਲ ਲੜਾਂਗੇ, ਕੋਈ ਪੈਸਾ ਸਾਡੀ ਟੀਮ ਨੇ ਲੈਣਾ ਨਹੀਂ, ਔਰ ਅਸੀਂ ਮਹਾਰਾਜ ਦੀ ਲੜਾਈ ਹੈ ਡਟ ਕੇ ਲੜਾਂਗੇ। ਘੁੰਮਨ ਬ੍ਰਦਰ ਦੋੜੀ ਹਨੀ ਸੇਠੀ, ਉਹਨਾਂ ਦਾ ਕੇਸ ਜਿਹੜਾ ਹੈ ਇਹਨਾਂ ਨੇ ਫੜਿਆ, ਔਰ ਕਹਿ ਰਹੇ ਨੇ ਕਿ ਬੇਅਦਬੀ ਦੀ ਘਟਨਾ ਨੂੰ ਰੋਕਣ ਲਈ ਗਏ ਸੀਗੇ ਪਰ ਪੁਲਿਸ ਨੇ ਕ੍ਰੋਸ ਪਰਚਾ 295 ਦੇ ਏ ਦੇ ਖਿਲਾਫ ਹੀ ਕੀਤਾ, ਔਰ ਜੋ ਕੰਪਲੇਨਡ ਹਨੀ ਸੇਠੀ ਨੇ ਉਹਨਾਂ ਨੂੰ ਹੀ ਨਵੇਂ ਪਰਚੇ ਦੇ ਅੰਦਰ ਸ਼ਾਮਲ ਕੀਤਾ। ਕੈਮਰਾਮੈਨ ਰਜਿੰਦਰ ਨਾਲ ਅਮਨ ਭਾਰਦਵਾਜ, ਨਿਊਜ਼ 18 ਚੰਡੀਗੜ੍ਹ।